ਤੁਸੀਂ ਦੇਖੋ ਇਹ ਸਿਰਫ ਵੋਟਾਂ ਆ। ਮੈਂ ਕਹਿੰਦਾ ਇੰਟਰਲੋਕ ਕਿਹੜੀ ਪੰਜਾਬ ਨੇ ਲਾਇਆ, ਉਹਨੂੰ ਕਾਨੂੰਨ ਉਹ ਪੜਿਆ, ਉਹਨੂੰ ਪਤਾ ਨਹੀਂ ਸੀ ਵੀ ਕਾਨੂੰਨ ਦੇ ਤਹਿਤ ਤੁਸੀਂ ਜਿਹੜੀ ਜ਼ਮੀਨ ਉੱਥੇ ਇੱਟ ਲਾ ਨਹੀਂ ਸਕਦੇ। ਇਹਨੇ ਕਿੱਦਾਂ ਲਾਤੇ ਇੱਥੇ ਇੰਟਰਲੋਕ? ਇਹ ਸਾਰਾ ਇੱਕ ਗਿਣੀ ਮਿੱਥੀ ਸਾਜ਼ਿਸ਼ ਆ। ਇਹਨਾਂ ਲੋਕਾਂ ਨੇ ਇਹਨਾਂ ਤੋਂ ਜ਼ਮੀਨਾਂ ਛਡਾ ਕੇ ਇਹਨੇ ਉਹੀ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਜਿਹੜੀ ਅਸੀਂ ਲੜਾਈ ਦਿੱਲੀ ਲੜ ਕੇ ਆਏ ਆ। ਇਹ ਉਸੇ ਤਰੀਕੇ ਨਾਲ ਅਸੀਂ ਇੱਥੇ ਅੰਦੋਲਨ ਕਰਾਂਗੇ। ਉਸ ਮੈਂ ਬੀਡੀਓ ਨੂੰ ਸ਼ਰਿਆਮ ਕਹਿੰਦਾ, ਮੈਂ ਜ਼ਿਲ੍ਹਾ ਬਜ਼ਾਨ ਜਲੰਧਰ ਬੀਕੇਓ ਕਾਦੀਆ ਹੈੱਡ ਕੈਸ਼ੀਅਰ ਸੰਯੁਕਤ ਖਾਨ ਮੋਰਚਾ ਪਹਿਲਾਂ ਮੇਰੇ ਤੇ ਪਰਚਾ ਕਰੀ। ਬੀਡੀਓ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਉਹ ਇੱਦਾਂ ਦੇ ਬੜੇ ਪਰਚੇ ਦੇਖੇ ਆ, ਬੜਾ ਕੁਛ ਕੀਤਾ ਆ, ਉਹ ਜ਼ਿੰਦਗੀ ਆ ਕੁਰਬਾਨੀ ਦੇਣ ਨੂੰ ਆਈ ਆ। ਇਸ ਕਰਕੇ ਐਵੇਂ ਨਾ ਤੁਸੀਂ ਸਮਝਿਓ ਬਈ ਇੱਥੇ ਲੋਕ ਆ ਚਾਰੇ ਨੂੰ ਦੱਬ ਕੇ ਮਾਰਾਂਗੇ ਭਜਾਵਾਂਗੇ। ਇਹ ਹੁਣ ਜਿਹੜੀ ਕਮਾਂਡ ਆ ਇੱਥੇ ਐਸਕੇਐਮ ਦੀ ਆ, ਸੰਯੁਕਤ ਮੋਰਚੇ ਦੀ ਕਮਾਂਡ ਥੱਲੇ ਇਹ ਹੈਗਾ। ਇਹ ਕੀ ਜਿੱਥੇ ਵੀ ਕਿਤੇ ਆਮ ਆਦਮੀ ਪਾਰਟੀ ਕਿਸੇ ਵੀ ਪਿੰਡ ਦੇ ਵਿੱਚ ਆਹ ਮਾੜਾ ਕੰਮ ਕਰੂਗੀ ਨਾ, ਉੱਥੇ ਵਿਰੋਧ ਹੋਊਗਾ।